ਅਤੇ ਉੱਧਰ ਅੱਜ ਬਰਨਾਲਾ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪੀਰ ਬਾਬਾ ਦੇ ਮੇਲੇ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਨੇ ਨਸ਼ਾ ਅਤੇ ਸਿੱਖ ਰੈਫਰੈਂਡਮ ਮਾਮਲੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਸਥਾਨਕ ਸ਼ਹਿਰ ਅਜਨਾਲਾ ਵਿਖੇ ਅੱਜ ਪੀਰ ਬਾਬਾ ਪੱਕੇ ਸ਼ਾਹ ਜੀ ਦੇ ਮੇਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪਹੁੰਚੇ, ਜਿੱਥੇ ਉਹਨਾਂ ਮੱਥਾ ਟੇਕ ਕੇ ਹਾਜ਼ਰੀ ਲਵਾਈ ਤਾਂ ਉੱਥੇ ਹੀ ਕਮੇਟੀ ਦਾ ਧੰਨਵਾਦ ਕਰਦੇ ਹੋਏ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਅੰਦਰ ਨਸ਼ੇ ਨੂੰ ਲੈ ਕੇ ਹੋ ਰਹੀਆਂ ਮੌਤਾਂ ਉੱਤੇ ਚਿੰਤਾ ਪ੍ਰਗਟਾਈ। ਉਹਨਾਂ ਦੱਸਿਆ ਹੈ ਕਿ ਕੈਪਟਨ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪੂਰੇ ਯਤਨ ਕਰ ਰਹੀ ਹੈ ਅਤੇ ਜਲਦੀ ਹੀ ਨਸ਼ੇ ਨੂੰ ਠੱਲ ਵੀ ਪਾਈ ਜਾਵੇਗੀ। ਮੰਦਭਾਗੀ ਗੱਲ ਆ, ਔਰ ਮੈਂ ਵੀ ਇਸ ਗੱਲ 'ਤੇ ਚਿੰਤਤ ਹਾਂ ਕਿ ਇਹ ਜਿਹੜੀਆਂ ਨਸ਼ੇ ਕਰਕੇ ਮੌਤਾਂ ਹੋਈਆਂ ਬਹੁਤ ਦੁੱਖ ਦੀ ਗੱਲ ਆ, ਔਰ ਇਹ ਬੰਦ ਹੋਣਾ ਚਾਹੀਦਾ। ਔਰ ਕੈਪਟਨ ਸਾਹਿਬ ਬਹੁਤ ਸਿਰਤਾ ਨਾਲ ਲੱਗੇ ਆ, ਕਿਉਂਕਿ ਜੜ੍ਹਾਂ ਬੜੀਆਂ ਪੱਕੀਆਂ ਸੀ, ਪੁੱਟਦਾ ਥੋੜ੍ਹਾ ਟਾਈਮ ਲੱਗਣਾ, ਪੱਟ ਦੇਵਾਂਗੇ ਇਹਨਾਂ। ਬੀਤੇ ਦਿਨੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬ ਅੰਦਰ ਭਾਰਤੀ ਹਾਈ ਕਮਿਸ਼ਨਰ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਇਸ ਮਾਮਲੇ ਉੱਤੇ ਵੀ ਸੰਸਦ ਮੈਂਬਰ ਬੋਲਦੇ ਹੋਏ ਨਜ਼ਰ ਆਏ। ਦੇਖੋ, ਮੰਦਭਾਗੀ ਗੱਲ ਆ, ਇਹ ਇੱਦਾਂ ਹੋਣਾ ਨਹੀਂ ਚਾਹੀਦਾ। ਇਹ ਕੁਛ ਸ਼ਰਾਰਤੀ ਅੰਸਰ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ, ਔਰ ਪਾਕਿਸਤਾਨ ਦਾ ਤਕਰੀਬਨ ਅਜਿਹਾ ਰਵੱਈਆ ਜਿਹੜਾ ਉਹ ਨਾ ਪੱਖੀ ਰਵੱਈਆ ਸ਼ਾਂਤੀ ਦੋਵਾਂ ਮੁਲਕਾਂ ਦੇ ਵਿੱਚ ਸਥਾਪਿਤ ਕਰਨ ਦੇ, ਕਿਉਂਕਿ ਇੱਥੋਂ ਲੋਕ ਗਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਿਨ ਦੇ ਉੱਤੇ, ਖਾਸ ਕਰ ਉਹਨਾਂ ਦੇ ਮਤਲਬ ਮਨਾਉਣ ਵਾਸਤੇ ਉਚੇਚੇ ਤੌਰ 'ਤੇ, ਔਰ ਉੱਥੇ ਭਾਰਤੀ ਹਾਈ ਕਮਿਸ਼ਨ ਦਾ ਜਾਣਾ ਜ਼ਰੂਰੀ ਸੀ, ਪਰ ਇਹਨਾਂ ਨੇ ਗਲਤ ਕੀਤਾ ਉੱਥੇ ਨਾ ਉਹਨਾਂ ਦੇ ਨਾ ਜਾਣ ਦੇਣ ਕਰਕੇ ਭਾਰਤੀ ਹਾਈ। ਸਿੱਖ ਰੈਫਰੈਂਡਮ 2020 ਦਾ ਵਿਰੋਧ ਕਰਦਿਆਂ ਹੋਇਆਂ ਗੁਰਜੀਤ ਸਿੰਘ ਔਜਲਾ ਨੇ ਆਖਿਆ ਹੈ ਕਿ ਇਹ ਸਭ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਨੇ। ਉਹਦੇ 'ਤੇ ਬੜੀਆਂ ਕਲੀਅਰ ਨੇ, ਉਹਦੇ 'ਚ ਜੁੜੀਆਂ ਦਾ ਕੀ ਹੈ, ਕਿਉਂਕਿ ਹਿੰਦੁਸਤਾਨ ਨੂੰ ਅਸਥਿਰ ਕਰਨ ਵਾਸਤੇ ਸਾਰੇ ਜਿਹੜੇ ਹਿੰਦੁਸਤਾਨ ਦੇ ਵਿਰੋਧੀ ਕੰਟਰੀ ਨੇ, ਉਹ ਹਮੇਸ਼ਾ ਹੀ ਰੋਲ ਅਦਾ ਕਰਦੇ ਨੇ ਆਪਣੀਆਂ ਏਜੰਸੀਆਂ ਨੇ, ਚਾਹੇ ਨੌਰਥ ਈਸਟ ਦੀ ਗੱਲ ਕਰ ਲਓ, ਜੰਮੂ ਕਸ਼ਮੀਰ ਦੀ ਗੱਲ ਕਰ ਲਓ, ਅਰੁਣਾਚਲ ਪ੍ਰਦੇਸ਼ ਦੀ ਗੱਲ ਕਰ ਲਈਏ, ਚਾਹੇ ਪੰਜਾਬ ਦੀ ਤੁਸੀਂ ਗੱਲ ਕਰ ਲਓ, ਰੈਫਰੈਂਡਮ 2020 ਵੀ ਉਹਦਾ ਹੀ ਇੱਕ ਹਿੱਸਾ ਆ, ਔਰ ਉਹ ਡਿਸਟਰਬ ਕਰਨ 'ਤੇ ਲੱਗਣੇ। ਤੁਸੀਂ ਹੁਣ ਪੰਜਾਬੀ ਆ, ਰਹਿ ਨਹੀਂ ਰਹੇ ਆ, ਕਿਆ ਕਿੰਨੇ ਕਿਆ ਮੁਸ਼ਕਲ ਹੈ ਸਾਨੂੰ। ਠੀਕ ਹੈ, ਆਰਥਿਕ ਪੱਖੋਂ ਵਿਕਾਸ ਪੱਖੋਂ ਪਿੱਛੇ ਹੋਏ ਹਾਂ, ਪਰ ਕੀ ਮੁਸ਼ਕਲ ਹੈ ਸਾਨੂੰ? ਕੋਈ ਅਧਿਕਾਰਾਂ ਦੀ ਕਮੀ ਆ ਜਾਂ ਸਾਨੂੰ ਕੋਈ ਦਿੱਕਤ ਹੈ ਕਿਸੇ ਗੱਲ ਦੀ? ਦੇਸ਼ ਦਾ ਰਾਸ਼ਟਰਪਤੀ ਸਿੱਖ ਬਣ ਸਕਦਾ ਹੈ, ਫੌਜਾਂ ਦਾ ਜਰਨੈਲ ਸਿੱਖ ਬਣ ਸਕਦਾ ਆ, ਮਨਟੇਕ ਸਿੰਘ ਆਹਲੂਵਾਲੀਆ ਸਰਦਾਰ, ਪ੍ਰਧਾਨ ਮੰਤਰੀ ਸਿੱਖ ਬਣ ਸਕਦਾ, ਤਾਂ ਕਿਸ ਚੀਜ਼ ਦੀ ਕਮੀ ਆ? ਇਹ ਤਾਂ ਸਿਰਫ ਕੁਛ ਚੰਦ ਲੋਕ ਆਪਣੇ ਫਾਇਦੇ ਵਾਸਤੇ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਇਹਨੂੰ ਇਹਦੇ ਇਹੋ ਜਿਹੇ ਮਤਲਬ ਹੱਥ ਕੰਡੇ ਖੇਡਦੇ ਨੇ, ਜਿਹਦਾ ਨੁਕਸਾਨ ਸਾਡੀਆਂ ਪੀੜ੍ਹੀਆਂ ਨੂੰ ਹੁੰਦਾ। ਪੰਜਾਬ ਨੇ ਅੱਗੇ ਬਹੁਤ ਸੰਤਾਪ ਭੁੱਗਿਆ, ਮਸੀਂ ਪੰਜਾਬ ਜਿਹੜਾ ਉਹ ਲੀਹਾਂ 'ਤੇ ਆ ਰਿਹਾ ਹੈ, ਔਰ ਉਹਨੂੰ ਫਿਰ ਧਕੇਲਣ ਵਾਸਤੇ ਤਾਕਤਾਂ ਜਿਹੜੀਆਂ ਬੜੇ ਜ਼ੋਰ ਨਾਲ ਲੱਗੀਆਂ ਨੇ, ਇਸ ਗੱਲ ਦੀ ਮੈਂ ਨਿੰਦਿਆ ਕਰਦਾ। ਬੇਸ਼ੱਕ ਪੀਰ ਬਾਬਾ ਦੇ ਮੇਲੇ ਉੱਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੱਥਾ ਟੇਕਣ ਪਹੁੰਚੇ ਸੀ, ਪਰ ਉਹਨਾਂ ਦੀ ਇਹ ਫੇਰੀ ਵੀ ਸਿਆਸੀ ਹੋ ਨਿਬੜੀ ਅਤੇ ਉਹਨਾਂ ਨੇ ਇਸ ਮੌਕੇ ਨਸ਼ੇ ਦੇ ਮੁੱਦੇ ਉੱਤੇ ਸਰਕਾਰ ਦਾ ਪੱਖ ਰੱਖਿਆ, ਪਰ ਇਸ ਮੁੱਦੇ ਦਾ ਗੰਭੀਰਤਾ ਨਾਲ ਕੋਈ ਹੱਲ ਨਿਕਲੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਅਜਨਾਲਾ ਤੋਂ ਪ੍ਰਦੀਪ ਅਰੋੜਾ ਦੀ ਰਿਪੋਰਟ, ਸਾਂਝਾ ਟੀਵੀ ਲਈ।